ਲਓ ਜੀ, ਪਿੰਡ ਵਿੱਚ ਮੀਂਹ ਬਹੁਤ ਪੈਂਦਾ ਪਿਆ ਤੇ ਇਹਨਾਂ ਬੱਚਿਆਂ ਦੇ ਕੰਮ ਵੇਖ ਲਓ। ਘਰ ਵਿੱਚ ਹੀ ਇਹਨਾਂ ਤਲਾਬ ਬਣਾ ਦਿੱਤਾ, ਉਹ ਬੇੜਾ ਗਰਕ ਕਰ ਦੇਣ ਲੱਗੇ ਹੋ ਵਿਹੜੇ ਦਾ। ਹੈ ਮਰੋ, ਕੀ ਕਰਦੀਆਂ ਪਈਆਂ? ਚੱਲੀਏ ਯਾਰ, ਬਾਰਿਸ਼ ਵੀ ਹੈ ਤੇ ਮੈਂ ਪਾਉਣੇ ਨੇ ਪੱਠੇ, ਕਿਉਂਕਿ ਟਾਈਮ ਜਿਹੜਾ ਨਾ ਇਸ ਵੇਲੇ ਹੋ ਚੁੱਕਿਆ, 4 ਵੱਜ ਗਏ ਨੇ ਤੇ ਪੱਠੇ ਪਾਈਏ। ਮੀਂਹ ਹੈ ਤੇ ਖੈਰ ਅੱਲਾ ਵਾਰਸ। ਫਿਰ ਡੰਗਰ ਵਿਚਾਰੇ ਵਹਿੰਦੇ ਨੇ ਤੇ ਕਿ ਕਦੋਂ ਪੱਠੇ ਪਾਓਗੇ ਸਾਨੂੰ। ਆ ਗਏ, ਟੈਨਸ਼ਨ ਨਹੀਂ ਲੈਣੀ। ਹੁਣ ਤੁਹਾਡਾ ਹੀ ਅਸੀਂ ਬੰਦੋਬਸਤ ਲੱਗੇ ਹਾਂ ਕਰਨ। ਨਵੇਂ ਪੱਠੇ ਮੈਂ ਪਹਿਲੇ ਹੀ ਕੁਤਰ ਦਿੱਤੇ ਸੀ ਅਤੇ ਹੁਣ ਪਾਈਏ, ਸੁੱਟੀਏ ਇਹਨਾਂ ਨੂੰ ਅੱਗੇ, ਤਾਂ ਕਿ ਡੰਗਰ ਵੀ ਰੱਜ ਮਾਰਨ। ਅਸੀਂ ਤਾਂ ਦੁਪਹਿਰ ਦਾ ਮਾਰ ਲਿਆ। ਇਹਦੇ ਵਿੱਚ ਲਾਨੇ ਆ ਕੁਝ ਤੂੜੀ। ਪੈਰ ਧੋ ਧੋ ਕੇ ਨਾ ਪਾਣੀ ਗਹਿਰਾ ਕਰ ਦਿੰਦੇ ਨੇ, ਵਿੱਚ ਮਿੱਟੀ ਪਾ ਦਿੰਦੇ ਨੇ। ਮੈਂ ਸਾਫ਼ ਕਰ ਲਾਂ ਫਿਰ ਪਾਣੀ ਵਿਖਾ ਲਈ ਡੰਗਰਾਂ ਨੂੰ। ਹੈ ਤਾਂ ਠੰਡਾ ਮੀਤ ਨਹੀਂ ਵੈਸੇ ਪੀਂਦੇ, ਵਿਖਾਇਆ ਨਹੀਂ ਕੱਲ੍ਹ ਦਾ, ਤਾਂ ਮੈਂ ਨਾ ਚਲੋ ਵਿਖਾ ਲਈਏ। ਆਪ ਇੰਨੀ ਤਰੇਹ ਲੱਗਦੀ ਠੰਡ ਵਿੱਚ ਪੀਵੀ ਦਾ, ਤਾਂ ਚਲੋ ਇਹਨਾਂ ਨੂੰ ਪਿਆਕ ਦੇ ਲਈਏ। ਹੌਲੀ ਹੋ ਗਈ ਸਾਫ਼, ਹੁਣ ਪਾਣੀ ਵੀ ਭਰ ਲਈਏ। ਸਵੇਰੇ ਕਈ ਕਰਕੇ ਉਹਨਾਂ ਨੂੰ ਵਿਖਾਉਂਦੇ ਹਾਂ, ਜੇ ਪੀਣਾ ਨੇ ਤਾਂ ਪੀ ਲੈਣਗੇ। ਚਾਰ ਵਜੇ ਜੇ ਮੈਂ ਪਾਉਣ ਲੱਗਾ ਵਿੱਚ, ਚਲੋ ਫਿਰ ਨਹੀਂ ਦਿਲ ਕਰਦਾ, ਆ ਜਾ।
ਪੀ ਤੇ ਜੀ ਤੈਨੂੰ ਕਿਸੇ ਨਾਲ ਕੀ ਮੀਂਹ ਪੈਂਦਾ ਨਾ ਪਰ ਠੰਡ ਤੇ ਕਿਸੇ ਵੀ ਡੰਗਰ ਦਾ ਜੀ ਨਹੀਂ ਕਰਨ ਡਿਆ ਪਾਣੀ ਪੀਣ ਨੂੰ ਫਿਰ ਵੀ ਮੈਂ ਕਿਹਾ ਚਲੋ ਆਪਣਾ ਫਰਜ਼ ਅਦਾ ਕਰੋ ਨਾ ਤੇ ਆ ਕੇ ਵੇਖ ਲੈਂਦੇ ਪੀਣਗੀਆਂ ਤਾਂ ਠੀਕ ਹੀ ਨਹੀਂ ਦੇਖਣ ਪੱਠੇ ਤਾਂ ਖਾਣਗੀਆਂ ਨਾ ਲੱਗਦਾ ਲੱਗ ਪਈ ਪੀਣਾ ਸ਼ਾਬਾ ਸ਼ਾਬਾ ਐਸਾ ਮੌਸਮ ਹੋਇਆ ਉੱਥੇ ਦੇਖੋ ਕਿਵੇਂ ਬਦਲ ਛਾਏ ਨੇ ਅੱਜ ਸੁਬਾਹ ਦਾ ਹੀ ਮੀਂਹ ਪੈਂਦਾ ਅਤੇ ਕਦੀ ਕਣੀਆਂ ਆ ਜਾਂਦੀਆਂ ਨੇ ਰੁੱਕ ਜਾਂਦਾ ਫਿਰ ਆ ਜਾਂਦੀਆਂ ਨੇ ਖਲੋ ਜਾਂਦੀਆਂ ਨੇ ਫਿਰ ਆ ਜਾਂਦੀਆਂ ਨੇ ਅੱਜ ਸੁਬਾਹ ਦੀ ਕਿਣ ਮਿਣ ਸੁਬਾਹ ਦੀ ਕੀ ਬਲਕਿ ਕੱਲ੍ਹ ਦਿਨ ਦੀ ਇਹ ਕਿਣ ਮਿਣ ਲੱਗੀ ਹੈ ਚਲੋ ਜੀ ਆ ਜਾ ਲਓ ਜੀ ਪੱਠੇ ਪੈ ਗਏ ਨੇ ਹੁਣ ਖਾਣ ਤੇ ਫਿਰ ਪਾਉਂਦੇ ਹਾਂ ਦੁਬਾਰਾ ਪਾਣੀ ਵੀ ਵਿਖਾ ਲਿਆ ਪਾਣੀ ਤਾਂ ਪੀਤਾ ਕੋਈ ਨਹੀਂ ਇਹਨਾਂ ਨੂੰ ਲਓ ਜੀ ਸੱਜਣੋ ਅਤੇ ਮਿੱਤਰੋ ਜੇ ਵੀਡੀਓ ਲੱਗੀ ਹੈ ਚੰਗੀ ਦੇਸੀ ਜਿਹਾ ਤੁਹਾਨੂੰ ਪਤਾ ਮੈਂ ਝਟਕਾ ਜਿਹਾ ਬੰਦਾ ਵਾਂ ਅਤੇ ਫਿਰ ਵੀਡੀਓ ਨੂੰ ਲਾਈਕ ਕਰ ਲਓ ਅਤੇ ਚੈਨਲ ਵੀ ਸਬਸਕ੍ਰਾਈਬ ਕਰੋ ਠੀਕ ਹੈ ਅਤੇ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖੋ ਅਤੇ ਰੱਬ ਸੋਹਣੇ ਦੇ ਹਵਾਲੇ